ਤਸਵੀਰਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਬੇਲੀ ਦੀਆਂ ਨੇ, ਜਿੱਥੋਂ ਦੇ ਲੋਕ ਢੋਲ ਦੀ ਥਾਪ 'ਤੇ ਨੱਚ ਰਹੇ ਨੇ ਅਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ। ਤੁਹਾਨੂੰ ਦੱਸਦਿਆਂ ਇਹਨਾਂ ਦੀ ਖੁਸ਼ੀ ਦੀ ਵਜ੍ਹਾ। ਦਰਅਸਲ ਮੂਲ ਰੂਪ 'ਚ ਪਿੰਡ ਬਬੇਲੀ ਦੇ ਵਸਨੀਕ ਹਰਜੀਤ ਸਿੰਘ ਸੱਜਣ ਨੇ ਕੈਨੇਡਾ 'ਚ ਹੋਈਆਂ ਫੈਡਰਲ ਚੋਣਾਂ 'ਚ ਜਿੱਤ ਹਾਸਲ ਕਰਕੇ ਪੂਰੇ ਪਿੰਡ ਦਾ ਹੀ ਨਹੀਂ ਬਲਕਿ ਪੰਜਾਬ ਦੇ ਨਾਲ ਨਾਲ ਭਾਰਤ ਦਾ ਨਾਮ ਵੀ ਵਿਦੇਸ਼ੀ ਧਰਤੀ 'ਤੇ ਚਮਕਾਇਆ ਹੈ। ਜਿਵੇਂ ਇਹ ਖਬਰ ਉਹਨਾਂ ਦੇ ਪਿੰਡ ਬਬੇਲੀ ਪਹੁੰਚੀ, ਪਿੰਡ ਵਾਲਿਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹਨਾਂ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਲੱਡੂ ਵੰਡੇ ਅਤੇ ਨੱਚ ਕੇ ਖੁਸ਼ੀ ਮਨਾਈ। ਪਿੰਡ ਬਬੇਲੀ 'ਚ ਹਰਜੀਤ ਸਿੰਘ ਦੇ ਘਰ 'ਚ ਇਕੱਠੇ ਹੋ ਕੇ ਭੰਗੜਾ ਪਾਇਆ ਅਤੇ ਖੁਸ਼ੀ ਮਨਾਈ। ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਵਾਰੀ ਫਿਰ ਹਰਜੀਤ ਸਿੰਘ ਨੇ ਪਿੰਡ ਦਾ ਨਾਂ ਰੌਸ਼ਨ ਕੀਤਾ ਅਤੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਭਾਅ ਜੀ ਹਰਜੀਤ ਸਿੰਘ ਅਤੇ ਜਸਟਿਨ ਟਰੂਡੋ ਇਹਨਾਂ ਗੌਰਮੈਂਟ ਅਤੇ ਦੀਆਂ ਨੀਤੀਆਂ 'ਤੇ ਉੱਥੇ ਇਹਨਾਂ ਕੈਨੇਡੀਅਨ ਲੋਕਾਂ ਨੇ ਇੱਕ ਵਾਰ ਫਿਰ ਦੁਬਾਰਾ ਮੋਹਰ ਲਾਈ ਹੈ ਅਤੇ ਉਹਨਾਂ ਨੂੰ ਆਪਣੇ ਜਿਤਾਇਆ ਹੈਗਾ ਅਤੇ ਇਸ ਨਾਲ ਜਿਹੜੇ ਸਾਡੇ ਹਜ਼ਾਰਾਂ ਇੱਥੋਂ ਸਟੂਡੈਂਟ ਉੱਥੇ ਨਾ ਗਏ ਨੇ ਉਹਨਾਂ ਦੀਆਂ ਜਿਹੜੀਆਂ ਦੁਆਵਾਂ ਵੀ ਨਾ ਮੈਂ ਇਹ ਸਮਝਦਾ ਵੀ ਜਸਟਿਨ ਟਰੂਡੋ ਨੂੰ ਹੁਣ ਲੱਗੀਆਂ ਨੇ ਜਿਸ ਕਰਕੇ ਉਹਨਾਂ ਨੂੰ ਇਹ ਬਹੁਮਤ ਨਾਲ ਮਿਲਿਆ ਅਤੇ ਉਹਨਾਂ ਦੀ ਜਿਹੜੀ ਇਹ NDP ਨਾਲ ਸਰਕਾਰ ਬਣ ਆਪਣੇ ਜਾ ਰਹੀ ਆ। ਸੋ ਅੱਜ ਬੜੀ ਇਹਨਾਂ ਖੁਸ਼ੀ ਦਾ ਦਿਨ ਆ ਜੀ ਸਾਡੇ ਪਿੰਡ ਵਾਸੀਆਂ ਲਈ। ਹੋਰ ਵੀ ਇਹ ਮਾਣ ਵਾਲੀ ਨਾ ਗੱਲ ਆ ਕਿ ਇੱਥੋਂ ਦਾ ਜੰਪਲ ਹਰਜੀਤ ਸਿੰਘ ਸੱਜਣ ਦੁਨੀਆ ਦੇ ਇੱਕ ਵੱਡੇ ਮੁਲਕ ਅਤੇ ਵਿਕਸਿਤ ਮੁਲਕ ਦੇ ਵਿੱਚ ਦੂਜੀ ਵਾਰੀ ਡਿਫੈਂਸ ਮਿਨਿਸਟਰ ਬਣਨ ਜਾ ਰਿਹਾ ਜੀ, ਸਾਡੇ ਲਈ ਇਹ ਤੋਂ ਵੱਡੀ ਖੁਸ਼ੀ ਹੋਰ ਨਹੀਂ ਹੋ ਸਕਦੀ ਜੀ। ਸਾਰੇ ਕੈਨੇਡਾ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹਰਜੀਤ ਸਿੰਘ ਸੱਜਣ ਨੂੰ ਦੂਜੀ ਵਾਰੀ MP ਚੁਣਤੇ, ਖਾਸ ਤੌਰ 'ਤੇ ਵੈਨਕੂਵਰ ਸਾਊਥ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਜਿਨ੍ਹਾਂ ਨੇ ਭਾਈ ਸਾਹਿਬ ਦੇ ਸੁਚੱਜੀ ਅਗਵਾਈ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਸਾਰੇ ਹੀ ਸਿੱਖ ਪੰਥ ਵਿੱਚ ਅਤੇ ਸਾਰੇ ਹੀ ਵਰਲਡ ਵਿੱਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬਹੁਤ ਹੀ ਚਾਓ ਭਰਿਆ ਦਿਨ ਹੈ, ਬਹੁਤ ਬਹੁਤ ਮੁਬਾਰਕਾਂ ਜੀ। ਮੇਰਾ ਛੋਟਾ ਭਾਈ ਹਰਜੀਤ ਸਿੰਘ ਸੱਜਣ ਕੈਨੇਡਾ ਨਿਵਾਸੀ, ਉਹਨਾਂ ਨੇ ਇਸ ਬਵੇਲੀ ਪਿੰਡ ਦਾ ਬਹੁਤ ਨਾਂ ਰੋਸ਼ਨ ਕੀਤਾ। ਮੈਂ ਸਾਰੇ ਕੈਨੇਡਾ ਵਾਸੀਆਂ ਨੂੰ ਵਧਾਈ ਦਿੰਦਾ ਹਾਂ, ਆਪਣੇ ਬਵੇਲੀ ਪਿੰਡ ਦੇ ਵਾਸੀਆਂ ਨੂੰ ਉਹਨਾਂ ਵੱਲੋਂ ਬਹੁਤ ਬਹੁਤ ਸ਼ੁਕਰੀਆ, ਵਧਾਈ ਦਿੰਦਾ। ਅੱਜ ਕਿਹੋ ਜਿਹਾ ਮਾਹੌਲ ਹੈਗਾ ਪਿੰਡ? ਬਹੁਤ ਵਧੀਆ ਮਾਹੌਲ ਹੈ ਜੀ, ਪਿੰਡ 'ਚ ਬਹੁਤ ਖੁਸ਼ੀ ਦੀ ਲਹਿਰ ਆ, ਬਹੁਤ ਉਹਨਾਂ ਦੇ ਘਰ 'ਚ ਰੌਣਕਾਂ ਲੱਗੀਆਂ ਹੋਈਆਂ ਜੀ। ਉਸ ਵੇਲੇ ਵੀ ਇੱਦਾਂ ਦਾ ਮਾਹੌਲ ਬਣਿਆ ਹੋਇਆ ਸੀ ਜੀ, ਬਹੁਤ ਖੁਸ਼ੀ ਦੀ ਲਹਿਰ ਸੀ ਪਿੰਡ ਵਿੱਚ, ਸਾਰਿਆਂ ਨੂੰ ਖੁਸ਼ੀ ਸੀ ਇਸ ਗੱਲ ਦੀ ਜੀ। ਕੈਨੇਡਾ 'ਚ ਹੋਈਆਂ ਫੈਡਰਲ ਚੋਣਾਂ 'ਚ ਸੁੱਖ ਧਾਰੀਵਾਲ, ਜਗਮੀਤ ਸਿੰਘ ਖਾਲਸਾ, ਬੈਂਸ ਅਤੇ ਹਰਜੀਤ ਸਿੰਘ ਨੇ ਵੀ ਸਿੱਖ ਕੌਮ ਦਾ ਅਤੇ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਗਲੋਬਲ ਪੰਜਾਬ TV।